ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਆਫੀਸ਼ੀਅਲ YouTube ਚੈਨਲ Meet Academy ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਕਾਫੀ ਸਾਰੇ ਕੈਂਡੀਡੇਟ ਦੇ ਕਮੈਂਟ ਆ ਰਹੇ ਸੀਗੇ ਕਿ ਪਟਵਾਰੀ ਦੀ ਭਰਤੀ ਤਾਂ ਆ ਗਈ ਪੰਜਾਬ ਪੁਲਿਸ ਦੀ ਭਰਤੀ ਕਦ ਆਵੇਗੀ ਤਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਜਿਹੜੀ ਭਰਤੀ ਆਉਣ ਦੇ ਚਾਂਸਸ ਨੇ ਉਹ ਪੂਰੇ ਪੂਰੇ ਮਾਰਚ ਦੇ ਵਿੱਚ ਨੇ ਕਮੈਂਟਸ ਦੇ ਵਿੱਚ ਵੀ ਮੈਂ ਤੁਹਾਨੂੰ ਰਿਪਲਾਈ ਕੀਤਾ ਸੀਗਾ 2 ਦਿਨ ਪਹਿਲਾਂ ਹੀ ਕੱਲ ਵੀ ਕੀਤਾ ਸੀਗਾ ਤਾਂ ਇੱਕ ਬਹੁਤ ਹੀ ਵੱਡਾ ਅਪਡੇਟ ਆ ਰਿਹਾ ਹੈ ਜਿਹਦੇ ਵਿੱਚ ਐਗਜ਼ਾਮ ਤੁਹਾਡਾ ਜਿਹੜਾ ਕਨਸਟੇਬਲ ਦੀ ਪੋਸਟ ਵਾਸਤੇ ਵੀ ਹੋ ਸਕਦਾ ਹੈ ਵੱਡਾ ਇੱਕ ਅਪਡੇਟ ਆ ਗਿਆ ਜਿਹਦੇ ਵਿੱਚ ਭਰਤੀ ਦੀ ਤਿਆਰੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰ ਲਿਆ ਹੈ ਤਾਂ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਕਲਿੱਕ ਕਰ ਲਿਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਇਸ ਰਿਕਰੂਟਮੈਂਟ ਤੋਂ ਇਲਾਵਾ ਵੀ ਦੋ ਤੋਂ ਤਿੰਨ ਵਿਭਾਗਾ ਦੀ ਹੋਰ ਵੈਕੈਂਸੀਸ ਆ ਚੁੱਕੀਆਂ ਪੰਜਾਬ ਦੇ ਵਿੱਚ ਔਰ ਇੱਕ ਇੰਪੋਰਟੈਂਟ ਗੱਲ ਇੱਕ ਹੋਰ ਲੇਟੈਸਟ ਨੋਟੀਫਿਕੇਸ਼ਨ ਪੰਜਾਬ ਦੀ ਇੱਕ ਭਰਤੀ ਦਾ ਆ ਚੁੱਕਿਆ ਹੈ ਰੈਗੂਲਰ ਵੈਕੈਂਸੀਸ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਸ ਤੋਂ ਅਗਲੀ ਵੀਡੀਓ ਉਹੀ ਮੈਂ ਤੁਹਾਡੇ ਵਾਸਤੇ ਤਿਆਰ ਕਰ ਰਹੀ ਹਾਂ ਉਹਦੇ ਵਾਸਤੇ ਵੀ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ ਅੱਜ ਤੋਂ ਤੇ ਦੋਨਾਂ ਵੈਕੈਂਸੀਸ ਤੇ ਤੁਸੀਂ ਜ਼ਰੂਰ ਅਪਲਾਈ ਕਰਿਓ ਇੱਕ ਪਟਵਾਰੀ ਵਾਸਤੇ ਇੱਕ ਜਿਹੜੀ ਰੈਗੂਲਰ ਵੈਕੈਂਸੀਸ ਹੋਰ ਹੁਣੇ-ਹੁਣੇ ਆਈਆਂ ਵਾਸਤੇ ਬਣਾ ਹੀ ਰਹੀਆਂ ਨੈਕਸਟ ਵੀਡੀਓ ਉਹੀ ਆ ਰਹੀ ਹੈ ਉਹਨਾਂ ਵੈਕੈਂਸੀਸ ਵਾਸਤੇ ਵੀ ਜ਼ਰੂਰ ਅਪਲਾਈ ਕਰ ਲਿਓ ਤਾਂ ਹੁਣ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਤੇ ਕੀ ਇਹ ਅਪਡੇਟ ਆ ਰਿਹਾ ਹੈ ਇਹ ਬਹੁਤ ਹੀ ਬਿਗ ਅਪਡੇਟ ਹੈ ਇਸ ਸਾਲ ਦੇ ਲਈ ਤੁਹਾਡੇ ਵਾਸਤੇ ਬਹੁਤ ਹੀ ਵੱਡੀ ਗੁੱਡ ਨਿਊਜ਼ ਹੈ ਪੂਰੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਪਤਾ ਹੈ ਕਿਸਾਨਾਂ ਦੇ ਕਰਕੇ ਸਾਰੇ ਹੀ ਸਾਰੇ ਟੈਨਸ਼ਨ ਦੇ ਵਿੱਚ ਨੇ ਕਿ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲ ਜਾਣ ਤੇ ਇਹਦੇ ਵਿੱਚ ਹੀ ਇੱਕ ਵੱਡਾ ਅਪਡੇਟ ਤੁਹਾਡੇ ਵਾਸਤੇ ਆਇਆ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਹੁਣ ਮੈਂ ਤੁਹਾਨੂੰ ਪਹਿਲਾਂ ਲੈ ਚਲਦੀ ਇਹ ਕੀ ਅਪਡੇਟ ਹੈ ਤਾਂ ਇਸ ਅਪਡੇਟ ਤੋਂ ਤੁਸੀਂ ਕੀ ਸਮਝ ਸਕਦੇ ਆ ਤੁਸੀਂ ਦੇਖ ਸਕਦੇ ਆ ਇਹ ਜਿਹੜਾ ਅਪਡੇਟ ਆਇਆ ਹੋਇਆ ਆ ਇਹ ਪੰਜਾਬ ਪੁਲਿਸ ਹੈਡਕੁਆਟਰ ਸੈਕਟਰ 9 8 ਚੰਡੀਗੜ੍ਹ ਦੇ ਵਿੱਚੋਂ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਉਹਨਾਂ ਨੇ ਟੈਂਡਰ ਮੰਗਿਆ ਇਦੇ ਵਿੱਚ ਇਹਨਾਂ ਨੇ ਦੇਖੋ ਕਲੀਅਰਲੀ ਦੱਸਿਆ ਹੋਇਆ ਹੈ ਕਿ ਪੰਜਾਬ ਪੁਲਿਸ ਵਿਭਾਗ ਦੇ ਵਿੱਚ ਪੁਲਿਸ ਕਰਮਚਾਰੀਆਂ ਦੀਆਂ ਵਕ ਵਕ ਜਿਹੜੀਆਂ ਵੈਕੈਂਸੀਜ਼ ਆਉਣੀਆਂ ਆ ਉਹਨਾਂ ਵਾਸਤੇ ਜਿਨ੍ਹਾਂ ਨੇ ਜਿਹੜੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਐਗਜ਼ਾਮ ਕੰਡਕਟ ਕਰਵਾਏ ਨੇ ਚਾਹੀਓ ਸੀਬੀਟੀ ਨਾਲ ਰਿਲੇਟਡ ਹੋਣ ਚਾਹੀਓ ਓ ਐਮਆਰ ਬੇਸਡ ਹੋਣ ਉਹਨਾਂ ਦੇ ਕੋਲੋਂ ਜਿਹੜਾ ਵਾ ਇਹ ਟੈਂਡਰ ਉਹਨਾਂ ਦੇ ਜਾਰੀ ਕੀਤਾ ਗਿਆ ਹੈ ਸੋ ਇਹਦੇ ਵਿੱਚ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਆ ਕਿ ਇਹਦੇ ਵਿੱਚ ਐਗਜ਼ਾਮ ਤੁਹਾਡਾ ਹੋਣਾ ਹੀ ਹੋਣਾ ਜਿਹੜੀ ਸਬ ਇਨਸਪੈਕਟਰ ਦੀ ਪੋਸਟ ਹੈ ਪਹਿਲਾਂ ਵੀ ਹੋਇਆ ਸੀਗਾ ਤੇ ਇਸ ਬਾਰੇ ਜਿਹੜੀ ਪੂਰੀ ਪੂਰੀ ਚਾਂਸਸ ਹੈ ਕਿ ਕੌਨਸਟੇਬਲ ਦੀ ਪੋਸਟ ਵਾਸਤੇ ਹੋ ਸਕਦਾ ਹੈ ਹੁਣ ਤੁਹਾਡੇ ਕੋਲ ਬਹੁਤ ਘੱਟ ਟਾਈਮ ਹੈ ਇਹ ਤੁਹਾਡੀ ਜਿਹੜੀ ਪਰਟੀ ਹੈ ਨਾ ਫਰਵਰੀ ਦੇ ਐਂਡ ਜਾਂ ਮਾਰਚ ਦੇ ਫਰਸਟ ਵੀਕ ਤੱਕ ਆਉਣ ਦੇ ਪੂਰੇ ਪੂਰੇ ਚਾਂਸਸ ਹੈ ਅੱਜ ਤੋਂ ਹੀ ਤੁਸੀਂ ਰਨਿੰਗ ਸ਼ੁਰੂ ਕਰਦੋ ਜੇ ਤੁਸੀਂ ਰਿਟਨ ਕੱਢ ਲਿਆ ਨਾ ਕਾਫੀ ਸਾਰੇ ਕੈਂਡੀਡੇਟ ਲਾਸਟ ਟਾਈਮ ਜਿਹੜੇ ਉਹ ਰਨਿੰਗ ਕਰਕੇ ਰਹਿ ਗਏ ਸੀਗੇ ਤਾਂ ਰਨਿੰਗ ਤੇ ਅੱਜ ਤੋਂ ਹੀ ਫੋਕਸ ਕਰਦੋ ਚਾਹੇ ਤੁਸੀਂ ਫੀਮੇਲ ਫੀਮੇਲ ਕੈਂਡੀਡੇਟ ਹੋ ਚਾਹੇ ਤੁਸੀਂ ਮੇਲ ਕੈਂਡੀਡੇਟ ਹੋ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੂਰੇ ਪੰਜਾਬ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰ ਦਿਵੋ ਤਾਂ ਕਿ ਸਾਰੇ ਦੇ ਸਾਰੇ ਸਟੂਡੈਂਟ ਜਿਹੜੇ ਉਹ ਤਿਆਰੀ ਦੇ ਵਿੱਚ ਲੱਗ ਜ ਤਾ ਜਿੱਦਾਂ ਹੀ ਇਹਦਾ ਆਫੀਸ਼ਲ ਨੋਟੀਫਿਕੇਸ਼ਨ ਆਊਗਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਦੱਸਾਂਗੀ ਅੱਜ ਦੇ ਲਈ ਇੰਨਾ ਹੀ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਾਲ ਤਦ ਤੱਕ ਲਈ ਧੰਨਵਾਦ ਜੀ